ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਤੇ ਇਸ ਵਿੱਚ ਆਲੇ ਨਕਲੀ ਤੇ ਮਿਲਾਵਟੀ ਸਮਾਨ ਮਿਲਣਾ ਵੀ ਸ਼ੁਰੂ ਹੋ ਗਿਆ, ਜਿਸ ਦੀ ਰੋਕਥਾਮ ਦੇ ਲਈ ਜਿੱਥੇ ਤਾਂ ਸਿਹਤ ਵਿਭਾਗ ਨੂੰ ਚੌਕਸ ਹੋਣਾ ਚਾਹੀਦਾ ਸੀ, ਉੱਥੇ ਹੁਣ ਇਹ ਕੰਮ ਗਊ ਰੱਖਿਆ ਦਲ ਦੇ ਵੱਲੋਂ ਕੀਤਾ ਜਾ ਰਿਹਾ, ਜਿਨ੍ਹਾਂ ਦੇ ਵੱਲੋਂ ਇੱਕ ਬੁਲੈਰੋ ਗੱਡੀ ਦੇ ਵਿੱਚੋਂ 5 ਕੁਇੰਟਲ ਨਕਲੀ ਪਨੀਰ ਜ਼ਬਤ ਕੀਤਾ ਗਿਆ ਹੈ ਤੇ 2 ਵਿਅਕਤੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ। ਨਾਲ ਹੀ ਗਊ ਰੱਖਿਆ ਦਲ ਦੇ ਮੈਂਬਰਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਪ੍ਰਸ਼ਾਸਨ ਨੂੰ ਕਿ ਜੇਕਰ ਉਹਨਾਂ ਦੇ ਵੱਲੋਂ ਹਾਲੇ ਵੀ ਕਾਰਵਾਈ ਨਾ ਕੀਤੀ ਗਈ, ਅਜਿਹੇ ਮਿਲਾਵਟ ਖੋਰਾਂ ਤੇ ਨਜ਼ਰ ਨਾ ਰੱਖੀ ਗਈ ਤਾਂ ਫਿਰ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਜਾਏਗੀ ਤੇ DGP ਦੇ ਧਿਆਨ 'ਚ ਵੀ ਇਹ ਮਾਮਲਾ ਲਿਆਂਦਾ ਜਾਏਗਾ। ਦੱਸਿਆ ਜਾ ਰਿਹਾ ਹੈ ਕਿ ਰਾਜਪੁਰਾ ਦੇ ਵਿੱਚ ਇੱਕ ਕਾਰਵਾਈ ਕੀਤੀ ਗਈ ਹੈ, ਜਿੱਥੇ ਤਾਂ ਸਿਹਤ ਵਿਭਾਗ ਦੇ ਵੱਲੋਂ ਪਹਿਲਾਂ ਹੀ ਕਈ ਥਾਵਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ। ਤਿਉਹਾਰਾਂ ਦੇ ਮੱਦੇ ਨਜ਼ਰ ਹਲਵਾਈਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਤਾਂ ਇੱਥੇ ਹੁਣ ਨਕਲੀ ਪਨੀਰ ਫੜਿਆ ਗਿਆ ਹੈ, ਉਹ ਵੀ 5 ਕੁਇੰਟਲ। ਗਊ ਰੱਖਿਆ ਦਲ ਦੇ ਵੱਲੋਂ ਇੱਕ ਬੁਲਾਰੋ ਗੱਡੀ ਦੀ ਚੈਕਿੰਗ ਕੀਤੀ ਗਈ, ਜਿਸ ਦੇ ਵਿੱਚ ਸ਼ੱਕ ਸੀ ਕਿ ਨਕਲੀ ਪਨੀਰ ਹੈ ਤੇ ਜਦੋਂ ਦੇਖਿਆ ਗਿਆ ਤੇ 5 ਕੁਇੰਟਲ ਨਕਲੀ ਪਨੀਰ ਇਸ ਗੱਡੀ ਦੇ ਵਿੱਚ ਪਿਆ ਸੀ ਤੇ 2 ਵਿਅਕਤੀ ਵੀ ਇਸ ਵਿੱਚ ਸਵਾਰ ਸਨ, ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਮੌਕੇ ਤੇ ਹੀ ਪੁਲਿਸ ਨੂੰ ਬੁਲਾ ਕੇ ਦੋਵਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀ ਹਰਿਆਣਾ ਤੋਂ ਆ ਰਹੀ ਸੀ, ਜਿੱਥੇ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੋਣਾ ਸੀ। ਨਕਲੀ ਪਨੀਰ ਕਈ ਦੁਕਾਨਾਂ ਤੱਕ ਪਹੁੰਚਣਾ ਸੀ ਪਰ ਉਸ ਤੋਂ ਪਹਿਲਾਂ ਹੀ ਗਊ ਰੱਖਿਆ ਦਲ ਦੇ ਵੱਲੋਂ ਇਹਨਾਂ ਨੂੰ ਰੋਕ ਲਿਆ ਗਿਆ, ਕਾਬੂ ਕੀਤਾ ਗਿਆ ਹੈ ਤੇ ਨਕਲੀ ਪਨੀਰ ਨਸ਼ਟ ਕਰ ਦਿੱਤਾ ਗਿਆ ਹੈ। ਇੱਥੇ ਗਊ ਰੱਖਿਆ ਦਲ ਨੇ ਨਾਲ ਹੀ ਚੇਤਾਵਨੀ ਦਿੱਤੀ ਹੈ ਪ੍ਰਸ਼ਾਸਨ ਨੂੰ ਕਿ ਜੋ ਕੰਮ ਉਹਨਾਂ ਨੂੰ ਕਰਨਾ ਚਾਹੀਦਾ ਹੈ ਉਹ ਗਊ ਰੱਖਿਆ ਦਲ ਵਾਲੇ ਕਰ ਰਹੇ ਨੇ। ਜੇਕਰ ਹਾਲੇ ਵੀ ਕਾਰਵਾਈ ਨਾ ਕੀਤੀ ਗਈ ਇਹਨਾਂ ਮੁਲਜ਼ਮਾਂ ਦੇ ਖਿਲਾਫ ਤੇ ਮਿਲਾਵਟ ਖੋਰਾਂ ਤੇ ਨਕੇਲ ਨਾ ਕੱਸੀ ਗਈ ਤਾਂ ਉਹਨਾਂ ਦੇ ਵੱਲੋਂ ਸੰਘਰਸ਼ ਵੀ ਵਿੱਢਿਆ ਜਾਏਗਾ ਤੇ ਨਾਲ ਹੀ ਮੁੱਖ ਮੰਤਰੀ ਤੇ DGP ਤੱਕ ਵੀ ਪਹੁੰਚ ਕੀਤੀ ਜਾਏਗੀ। ਮੈਨੂੰ ਬਹੁਤ ਦਿਨਾਂ ਤੋਂ ਪਤਾ ਲੱਗ ਰਿਹਾ ਸੀ ਟਾਊਨ ਦੇ ਅੰਦਰ ਨਕਲੀ ਪਨੀਰ, ਨਕਲੀ ਮੱਖਣ, ਨਕਲੀ ਘੀ ਵਿਕ ਰਿਹਾ। ਮੈਂ ਚੈਨਲ ਰਾਹੀਂ ਚੇਤਾਵਨੀ ਵੀ ਦੇਈ ਸੀ ਸ਼ਹਿਰ ਵਾਸੀਆਂ ਨੂੰ, ਜਿਹੜੇ ਦੁਕਾਨਦਾਰ ਹੈ, ਵੀ ਆਹ ਜਿਹੜਾ ਜ਼ਹਿਰ ਦਾ ਧੰਦਾ ਬੰਦ ਕਰੋ, ਨਹੀਂ ਮੈਂ ਤੁਹਾਡੇ ਖਿਲਾਫ਼ ਕਾਰਵਾਈ ਕਰਾਵਾਂਗਾ। ਅੱਜ ਸੁਬਹਾ ਇਹ ਗੱਡੀ ਪਕੜੀ ਅਸੀਂ ਮੌਕੇ ਤੇ, 4 ਕੁਇੰਟਲ ਪਨੀਰ ਇਹਨੇ ਉਤਾਰ ਤਿਆ ਕਿਸੇ ਦੁਕਾਨ ਤੇ ਤੇ 1.5 ਕੁਇੰਟਲ ਇਸ ਗੱਡੀ 'ਚ ਪਿਆ। 100-150 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਵੇਚਦੇ ਹਾਂ, ਅੱਗੇ ਦੁਕਾਨਦਾਰ 400-400 ਰੁਪਏ ਕਿਲੋ ਵੇਚਦੇ ਹੈ, ਜਿਹਦੇ ਨਾਲ ਸ਼ਹਿਰ ਦੇ ਅੰਦਰ ਪਹਿਲਾਂ ਹੀ ਬਹੁਤ ਜ਼ਿਆਦਾ ਕਈ ਕਰਪਸ਼ਨ ਦੇ ਧੰਦੇ ਚੱਲ ਰਹੇ ਹੈ, ਜਿਸ ਤਰ੍ਹਾਂ ਕਿ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਮਿਲਾਵਟਖੋਰੀ ਹੋ ਰਹੀ ਹੈ। ਅਤੇ ਮੈਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਾਂਗਾ ਇਹਨਾਂ 'ਤੇ ਨੱਥ ਪਾਈ ਜਾਵੇ, ਮਿਲਾਵਟਖੋਰਾਂ ਦੇ ਖਿਲਾਫ਼ ਸਖ਼ਤ, ਮੈਂ ਕਹਿ ਰਿਹਾ ਜਿਵੇਂ 14 ਸਾਲ ਦੀ ਕੈਦ ਹੁੰਦੀ ਹੈ 302 'ਚ, ਇਹਨਾਂ ਦੇ ਖਿਲਾਫ਼ ਵੀ 14 ਸਾਲ ਦੀ ਕੈਦ ਹੋਣੀ ਚਾਹੀਦੀ ਹੈ, ਕਿਉਂਕਿ ਇਹ ਚੀਜ਼ਾਂ ਖਾ ਕੇ ਲੋਕਾਂ ਦੇ ਜੀ ਮਰ ਜਾਂਦੇ ਆ, ਬੱਚੇ ਬਿਮਾਰ ਹੋ ਜਾਂਦੇ ਆ, ਮੌਤ ਹੋ ਜਾਂਦੀ ਹੈ। ਅਤੇ SHO ਸਾਹਿਬ ਦੇ ਮੈਂ ਧਿਆਨ 'ਚ ਲਿਆ ਤਿਆ। ਸਰ ਜੀ, ਉਹਨੇ ਗੱਡੀ ਕਿਹਨਾਂ ਦੇ ਸਪੁਰਦ ਕਰੀ ਹੈ ਸਰ? ਇਹ ਕਸਤੂਰਬਾ ਚੌਂਕੀ ਦੇ ਸਪੁਰਦ ਕਰੀ ਆ। ਕਿੰਨੇ ਬੰਦੇ? ਕਾਰਵਾਈ ਨਾ ਹੋਈ ਤਾਂ ਮੈਂ ਫਿਰ SSP ਸਾਹਿਬ ਨੂੰ ਵੀ ਕੰਟੈਕਟ ਕਰੂੰਗਾ, ਜੇ ਮੈਨੂੰ ਜ਼ਰੂਰਤ ਪੈ ਗਈ ਤਾਂ ਮੈਂ DGP ਸਾਹਿਬ ਨਾਲ ਵੀ ਗੱਲ ਕਰਾਂਗਾ। ਸਰ ਜੀ, ਕਿੰਨੇ ਬੰਦੇ ਸੀ ਇਹਦੇ ਵਿੱਚ? 2 ਬੰਦੇ ਸੀ, ਦੋਨੋਂ ਬੰਦੇ ਇਹ ਹਰਿਆਣੇ ਤੋਂ, ਸੀਵਨ ਕੋਈ ਸ਼ਹਿਰ ਹੈ ਹਰਿਆਣਾ ਦੇ ਅੰਦਰ, ਪਿੰਡ ਕੈਂਥਲ ਦੇ ਵਿੱਚ ਲੱਗਦਾ, ਜਿੱਥੋਂ ਇਹ ਬਣਾ ਕੇ ਪੰਜਾਬ ਦੇ ਅੰਦਰ ਸਪਲਾਈ ਕਰ ਰਹੇ ਸੀ। ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ? ਬਸ ਇਹੀ ਹੈ, ਇਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਸ਼ਹਿਰ ਦੇ ਅੰਦਰ ਪੁਲਿਸ ਨੂੰ ਚਾਹੀਦਾ ਵੀ ਜਗ੍ਹਾ ਜਗ੍ਹਾ ਰੇਡ ਕਰਕੇ ਇਹਨਾਂ ਨੂੰ ਫੜਿਆ ਜਾਵੇ।